ਅਸਲਾਮ ਵਾਲੇਕੁਮ ਗਾਈਸ, ਅੱਜ ਵਾਲੀ ਵੀਡੀਓ ਸਾਡੀ ਹੈ ਐਕਨੀ ਪਿੰਪਲ ਟ੍ਰੀਟਮੈਂਟ, ਅਤੇ ਅੱਜ ਵਾਲੀ ਵੀਡੀਓ 'ਚ ਅਸੀਂ ਲੈ ਕੇ ਆਏ ਕਲੀਨ ਐਂਡ ਕਲੀਅਰ ਫੇਸ ਵਾਸ਼। ਇਸ ਫੇਸ ਵਾਸ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਕੇ ਤੁਸੀਂ ਆਪਣੇ ਫੇਸ 'ਤੇ ਮੌਜੂਦ ਐਕਨੀ ਪਿੰਪਲ ਦਾ ਜੜ੍ਹ ਤੋਂ ਖਾਤਮਾ ਕਰ ਸਕਦੇ ਹੋ, ਆਪਣੇ ਫੇਸ 'ਤੇ ਮੌਜੂਦ ਦਾਗ ਧੱਬੇ ਛਾਈਆਂ ਨੂੰ ਰਿਮੂਵ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਇਸ ਫੇਸ ਵਾਸ਼ ਨੂੰ ਇਸਤੇਮਾਲ ਕਰਨਾ। ਆਇਲ ਕੰਟਰੋਲ ਫੇਸ ਵਾਸ਼ ਆ, ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ, ਚਿਹਰੇ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਤੁਹਾਡੇ ਚਿਹਰੇ ਨੂੰ ਆਇਲ ਫਰੀ ਕਰਨ ਵਾਸਤੇ, ਜਿਸ ਵੀ ਚਿਹਰੇ 'ਤੇ ਆਇਲ ਹੁੰਦਾ, ਆਇਲ ਰਹਿਣ ਦੀ ਵਜ੍ਹਾ ਤੋਂ ਚਿਹਰੇ 'ਤੇ ਐਕਨੀ ਪਿੰਪਲ ਬਣਦੇ। ਜਿਸ ਟਾਈਮ ਤੁਸੀਂ ਇਸ ਫੇਸ ਵਾਸ਼ ਨੂੰ ਪ੍ਰੋਪਰ ਯੂਜ਼ ਕਰੋਗੇ, ਤੁਹਾਡਾ ਫੇਸ ਆਇਲ ਫਰੀ ਹੋ ਜਾਏਗਾ। ਇਨਸ਼ਾਅੱਲਾ ਤੁਹਾਡੇ ਫੇਸ 'ਤੇ ਜਿੰਨੇ ਵੀ ਐਕਨੀ ਪਿੰਪਲ ਹੋਣਗੇ ਬਿਲਕੁਲ ਰਿਮੂਵ ਹੋ ਜਾਣਗੇ, ਐਕਨੀ ਪਿੰਪਲ ਦਾ ਜੜ੍ਹ ਤੋਂ ਖਾਤਮਾ ਹੋ ਜਾਏਗਾ। ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਛਾਈਆਂ ਜਿਹੜੇ ਤੁਸੀਂ ਮਹਿੰਗੇ ਤੋਂ ਮਹਿੰਗੇ ਫਾਰਮੂਲੇ ਇਸਤੇਮਾਲ ਕਰਕੇ ਦੇਖ ਚੁੱਕੇ ਹੋ, ਲੇਕਿਨ ਉਹਨਾਂ ਨਾਲ ਫਰਕ ਨਹੀਂ ਪਿਆ, ਇਸ ਫੇਸ ਵਾਸ਼ ਦੇ ਪ੍ਰੋਪਰ 15 ਦਿਨ ਇਸਤੇਮਾਲ ਨਾਲ ਤੁਸੀਂ ਆਪਣੇ ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਛਾਈਆਂ ਨੂੰ ਰਿਮੂਵ ਕਰ ਸਕਦੇ ਹੋ, ਫੇਸ 'ਤੇ ਮੌਜੂਦ ਓਪਨ ਪੋਰਸ ਨੂੰ ਰਿਮੂਵ ਕਰ ਸਕਦੇ ਹੋ, ਵਾਈਟ ਹੈਡ ਬਲੈਕ ਹੈਡ ਨੂੰ ਰਿਮੂਵ ਕਰ ਸਕਦੇ ਹੋ। ਬੜੀ ਹੀ ਆਊਟ ਕਲਾਸ ਚੀਜ਼ ਆ। ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ, ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਓਪਨ ਪੋਰਸ ਨੂੰ ਕਲੋਜ਼ ਕਰਨ ਵਾਸਤੇ, ਵਾਈਟ ਹੈਡ ਬਲੈਕ ਹੈਡ ਨੂੰ ਰਿਮੂਵ ਕਰਨ ਵਾਸਤੇ, ਬੜਾ ਆਊਟ ਕਲਾਸ ਫੇਸ ਵਾਸ਼ ਆ। ਤੁਸੀਂ ਇਸ ਫੇਸ ਵਾਸ਼ ਦੇ ਪ੍ਰੋਪਰ ਇਸਤੇਮਾਲ ਨਾਲ ਆਪਣੇ ਸਿਆਹ ਤੋਂ ਸਿਆਹ ਰੰਗ ਨੂੰ ਵੀ ਗੋਰਾ ਚਿੱਟਾ ਕਰ ਸਕਦੇ ਹੋ। ਤੁਸੀਂ ਇਸ ਫੇਸ ਵਾਸ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਵੀਡੀਓ 'ਚ ਅੱਗੇ ਤੁਹਾਨੂੰ ਮੁਕੰਮਲ ਡਿਟੇਲ ਨਾਲ ਰਿਵਿਊ ਦੇਵਾਂਗੇ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲੇ, ਜਿਹੜਾ ਸਿਸਟਰ ਭਾਈ ਮੇਰੇ ਚੈਨਲ 'ਤੇ ਨਵਾਂ, ਚੈਨਲ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦੇ ਨਿਸ਼ਾਨ ਨੂੰ ਪ੍ਰੈਸ ਕਰ ਦਿਓ, ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣ। ਗਾਈਜ਼, ਅੱਜ ਵਾਲੀ ਵੀਡੀਓ ਸਾਡੀ ਹੈ ਕਲੀਨ ਐਂਡ ਕਲੀਅਰ ਫੇਸ ਵਾਸ਼ ਅਤੇ ਫੋਮਿੰਗ ਫੇਸ ਵਾਸ਼ ਆ। ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ, ਬੜੀ ਆਊਟ ਕਲਾਸ ਚੀਜ਼ ਆ, ਲੇਡੀਜ਼ ਜੈਂਟਸ ਦੋਨਾਂ ਵਾਸਤੇ। ਚਿਹਰੇ ਨੂੰ ਆਇਲ ਕੰਟਰੋਲ ਕਰਨ ਵਾਸਤੇ, ਓਪਨ ਪੋਰਸ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ, ਖਾਸ ਤੌਰ 'ਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਸਕਿਨ ਆਇਲੀ ਆ ਜਾਂ ਫੇਸ 'ਤੇ ਐਕਨੀ ਪਿੰਪਲ ਬਹੁਤ ਜ਼ਿਆਦਾ ਮਿਕਦਾਰ 'ਚ ਆ। ਮਹਿੰਗੇ ਤੋਂ ਮਹਿੰਗੇ ਮੈਡੀਕੇਟਿਡ ਫਾਰਮੂਲੇ, ਵਾਈਟਨਿੰਗ ਦੇ ਫਾਰਮੂਲੇ, ਐਕਨੀ ਫਾਰਮੂਲੇ ਇਸਤੇਮਾਲ ਕਰਕੇ ਦੇਖ ਚੁੱਕੇ ਹੋ, ਲੇਕਿਨ ਕੋਈ ਵੀ ਫਾਇਦਾ ਨਹੀਂ ਹੋਇਆ। ਇਸ ਫੇਸ ਵਾਸ਼ ਦੇ ਇਸਤੇਮਾਲ ਨਾਲ, ਪ੍ਰੋਪਰ 15 ਦਿਨ ਇਸਤੇਮਾਲ ਨਾਲ, ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਛਾਈਆਂ ਬਿਲਕੁਲ ਰਿਮੂਵ ਹੋ ਜਾਣਗੇ, ਤੁਹਾਡੇ ਚਿਹਰੇ 'ਤੇ ਜਿੰਨੇ ਐਕਨੀ ਪਿੰਪਲ ਰਿਮੂਵ ਹੋ ਜਾਣਗੇ, ਓਪਨ ਪੋਰਸ ਕਲੋਜ਼ ਹੋ ਜਾਣਗੇ, ਵਾਈਟਨਿੰਗ ਬ੍ਰਾਈਟਨਿੰਗ 'ਚ ਬੇਪਨਾਹ ਇਜ਼ਾਫਾ ਹੋ ਜਾਏਗਾ, ਵਾਈਟ ਹੈਡ ਬਲੈਕ ਹੈਡ ਦਾ ਜੜ੍ਹ ਤੋਂ ਖਾਤਮਾ ਹੋ ਜਾਏਗਾ। ਬੜੀ ਹੀ ਆਊਟ ਕਲਾਸ ਚੀਜ਼ ਆ। ਤੁਸੀਂ ਇਸ ਫੇਸ ਵਾਸ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਕਲੀਨ ਐਂਡ ਕਲੀਅਰ ਫੇਸ ਵਾਸ਼ ਆ। ਤੁਸੀਂ ਇਸ ਫੇਸ ਵਾਸ਼ ਨੂੰ ਨਾਈਟ ਕਰੀਮ, ਵਾਈਟਨਿੰਗ ਦੇ ਕਿਸੇ ਵੀ ਫਾਰਮੂਲੇ ਨਾਲ ਵੀ ਯੂਜ਼ ਕਰ ਸਕਦੇ ਹੋ। ਕੋਈ ਵੀ ਨਾਈਟ ਕਰੀਮ ਜਾਂ ਬਿਊਟੀ ਕਰੀਮ ਜਾਂ ਵਾਈਟਨਿੰਗ ਦਾ ਕੋਈ ਵੀ ਫਾਰਮੂਲਾ ਯੂਜ਼ ਕਰਨ ਤੋਂ ਪਹਿਲੇ ਤੁਹਾਨੂੰ ਕਿਸੇ ਫੇਸ ਵਾਸ਼ ਜਾਂ ਸੋਪ ਦੀ ਜ਼ਰੂਰਤ ਹੁੰਦੀ, ਤੁਸੀਂ ਉਸ ਜਗ੍ਹਾ 'ਤੇ ਵੀ ਕਲੀਨ ਐਂਡ ਕਲੀਅਰ ਫੇਸ ਵਾਸ਼ ਨੂੰ ਯੂਜ਼ ਕਰ ਸਕਦੇ ਹੋ। ਤੁਸੀਂ ਇਹਨੂੰ ਅਲੱਦਾ ਵੀ ਸਿਰਫ ਇਕੱਲੇ ਫੇਸ ਵਾਸ਼ ਨੂੰ ਵੀ ਯੂਜ਼ ਕਰ ਸਕਦੇ ਹੋ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮਫੀਦ ਦਾ ਤਰੀਕਾ ਇਸਤੇਮਾਲ ਇਹ ਆ, ਤੁਸੀਂ ਦਿਨ ਵਿੱਚ ਕਮ ਜ਼ਾ ਕਮ 2 ਦਫ਼ਾ ਲਾਜ਼ਮੀ ਇਸ ਫੇਸ ਵਾਸ਼ ਨੂੰ ਯੂਜ਼ ਕਰਨਾ। ਯੂਜ਼ ਕਰਨ ਦਾ ਤਰੀਕਾ ਕਾਰ ਹੈ, ਤੁਸੀਂ ਆਪਣੇ ਫੇਸ 'ਤੇ ਲਗਾ ਕੇ ਫੇਸ ਨੂੰ ਸਾਦਾ ਤਾਜ਼ਾ ਪਾਣੀ ਨਾਲ ਵਾਸ਼ ਕਰੋ, ਫਿਰ ਇਸ ਫੇਸ ਵਾਸ਼ ਨੂੰ ਲਗਾ ਕੇ ਕਮ ਜ਼ਾ ਕਮ 5 ਮਿੰਟ ਤੱਕ ਅੱਛੀ ਤਰ੍ਹਾਂ ਮਸਾਜ ਕਰੋ, ਤਾਂ ਕਿ ਤੁਹਾਡੇ ਫੇਸ 'ਤੇ ਜਿਤਨਾ ਆਇਲ, ਡਸਟ, ਗੰਦਗੀ ਅੱਛੀ ਤਰ੍ਹਾਂ ਰਿਮੂਵ ਹੋ ਜਾਵੇ। ਜਿਤਨੀ ਜ਼ਿਆਦਾ ਮਸਾਜ ਕਰੋਗੇ, ਜਿਤਨੀ ਜ਼ਿਆਦਾ ਦੇਰ ਤੱਕ, ਜਿਤਨੇ ਅੱਛੇ ਤਰੀਕੇ ਨਾਲ ਮਸਾਜ ਕਰੋਗੇ, ਉਤਨੇ ਹੀ ਜਲਦ ਤੁਹਾਡੇ ਫੇਸ ਤੋਂ ਐਕਨੀ ਪਿੰਪਲ ਰਿਮੂਵ ਹੋ ਜਾਣਗੇ। ਜ਼ਿਆਦਾ ਦੇਰ ਤੱਕ ਅੱਛੀ ਤਰ੍ਹਾਂ ਮਸਾਜ ਤੁਸੀਂ ਇਸ ਵਜ੍ਹਾ ਤੋਂ ਕਰਨੀ ਕਿ ਫੇਸ ਵਾਸ਼ ਤੁਹਾਡੀ ਜਿਲਦ ਵਿੱਚ ਜਜ਼ਬ ਹੋ ਕੇ ਤੁਹਾਡੇ ਡੈਡ ਸੈੱਲ ਨੂੰ ਰਿਮੂਵ ਕਰ ਦੇਵੇ, ਵਾਈਟ ਹੈਡ ਬਲੈਕ ਹੈਡ ਨੂੰ ਰਿਮੂਵ ਕਰ ਦੇਵੇ, ਓਪਨ ਪੋਰਸ ਨੂੰ ਰਿਮੂਵ ਕਰ ਦੇਵੇ, ਚਿਹਰੇ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰ ਦੇਵੇ। ਅਗਰ ਤੁਸੀਂ ਇਸ ਫੇਸ ਵਾਸ਼ ਨੂੰ ਇੱਕ ਦਿਨ ਵਿੱਚ 2 ਤੋਂ ਜ਼ਿਆਦਾ ਮਰਤਬਾ ਇਸਤੇਮਾਲ ਕਰ ਸਕਦੇ ਹੋ, ਕਮ ਜ਼ਾ ਕਮ ਤੁਸੀਂ ਇਹਨੂੰ ਜਿਤਨੀ ਦਫ਼ਾ ਤੁਸੀਂ
ਇਹਨੂੰ ਆਸਾਨੀ ਨਾਲ ਯੂਜ਼ ਕਰ ਸਕੋ। ਬੜੀ ਆਊਟ ਕਲਾਸ ਚੀਜ਼ ਆ, ਕਮ ਸੇ ਕਮ ਦੋ ਦਫ਼ਾ ਤੁਸੀਂ ਇਸ ਫੇਸ ਵਾਸ਼ ਨੂੰ ਲਾਜ਼ਮੀ ਯੂਜ਼ ਕਰਨਾ। ਯੂਜ਼ ਦਾ ਤਰੀਕਾ ਘਰ ਇਹ ਹੀ ਆ, ਪਹਿਲੇ ਫੇਸ ਨੂੰ ਸਾਦਾ ਤਾਜ਼ਾ ਪਾਣੀ ਨਾਲ ਵਾਸ਼ ਕਰੋ, ਫੇਸ ਵਾਸ਼ ਨੂੰ ਲਗਾ ਕੇ ਕਮ ਸੇ ਕਮ 5 ਮਿੰਟ ਤੱਕ ਮਸਾਜ ਕਰੋ, ਫਿਰ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਦਿਓ। ਇਸ ਫੇਸ ਵਾਸ਼ ਨੂੰ ਤੁਸੀਂ ਨਾਈਟ ਕਰੀਮ ਜਾਂ ਵਾਈਟਨਿੰਗ ਦੇ ਫਾਰਮੂਲੇ ਨਾਲ ਵੀ ਯੂਜ਼ ਕਰ ਸਕਦੇ ਹੋ, ਅਲੱਗਾ ਵੀ ਯੂਜ਼ ਕਰ ਸਕਦੇ ਹੋ। ਅਗਰ ਕੋਈ ਸਿਸਟਰ ਭਾਈ ਵਾਈਟਨਿੰਗ ਦਾ ਜਾਂ ਨਾਈਟ ਕਰੀਮ ਫਾਰਮੂਲਾ ਯੂਜ਼ ਨਹੀਂ ਕਰਦਾ, ਉਹਦੇ ਵਾਸਤੇ ਬੜੀ ਹੀ ਆਊਟ ਕਲਾਸ ਚੀਜ਼ ਆ, 15 ਦਿਨਾਂ ਵਿੱਚ ਤੁਹਾਡੇ ਫੇਸ ਨੂੰ ਨੀਟ ਐਂਡ ਕਲੀਨ ਕਰ ਦੇਗਾ, ਸਿਆਹ ਤੋਂ ਸਿਆਹ ਰੰਗ ਨੂੰ ਗੋਰਾ ਚਿੱਟਾ ਕਰ ਦੇਗਾ, ਐਕਨੀ ਪਿੰਪਲ ਦਾ ਜੜ੍ਹ ਤੋਂ ਖਾਤਮਾ ਕਰ ਦੇਗਾ। ਇਹਦੀ ਮਾਰਕੀਟ ਪ੍ਰਾਈਸ 'ਤੇ ਗੱਲ ਕਰ ਲੈਂਦੇ, ਜਿਹੜਾ ਸਮਾਲ ਸਾਈਜ਼ ਆ ਤੁਹਾਨੂੰ ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 500 ਰੁਪਏ ਦਾ ਮਿਲ ਜਾਏਗਾ, ਜਿਹੜਾ ਲਾਰਜ ਸਾਈਜ਼ ਆ ਬੜਾ ਸਾਈਜ਼ ਤੁਹਾਨੂੰ ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 650 ਰੁਪਏ ਦਾ ਮਿਲ ਜਾਏਗਾ। 650 ਰੁਪਏ ਦੇ ਇਸ ਫਾਰਮੂਲੇ ਨਾਲ ਤੁਸੀਂ ਆਪਣੇ ਕਾਲੇ ਤੋਂ ਕਾਲੇ ਰੰਗ ਨੂੰ ਗੋਰਾ ਚਿੱਟਾ ਕਰ ਸਕਦੇ ਹੋ, ਐਕਨੀ ਪਿੰਪਲ ਦਾ ਮੁਕੰਮਲ ਤੌਰ 'ਤੇ ਖਾਤਮਾ ਕਰ ਸਕਦੇ ਹੋ। ਗਾਈਜ਼, ਮੈਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਮਿਲਦੇ ਹਾਂ ਇਸ ਤੋਂ ਨੈਕਸਟ ਵੀਡੀਓ ਵਿੱਚ, ਆਪਣਾ ਖਿਆਲ ਰੱਖੀਏਗਾ, ਅੱਲਾ ਹਾਫਿਜ਼।